ਸਾਡੇ ਧਰਮ ਦੇ ਅਸੂਲ ਸਨ, ਸਾਨੂੰ ਗੁਰੂ ਸਾਹਿਬ ਜੀ ਨੇ ਦਸਵੰਧ ਦੇਣ ਦੀ ਪ੍ਰਥਾ ਦਿੱਤੀ, ਸੰਗਤਾਂ ਨੇ ਨਿਭਾਈ ਅਤੇ ਯਥਾ ਯੋਗ ਆਪਣੀ ਵਿੱਤ ਤੋਂ ਉੱਪਰ ਜਾ ਕੇ ਦਾਨ ਦਿੱਤੇ। ਪਰ ਸਾਡੀ ਨਲਾਇਕ ਲੀਡਰਸ਼ਿਪ ਨੇ ਇਹ ਦਾਨ ਦੀ ਦੁਰਵਰਤੋਂ ਕਰਕੇ ਆਪਣੀ ਰਾਜਨੀਤੀ ਅਤੇ ਆਪਣੀ ਖੁਦਪ੍ਰਸਤੀ ਦਾ ਢੋਲ ਵਜਾਇਆ। ਪਰ ਇਸ ਤਰ੍ਹਾਂ ਢੋਲ ਨਹੀਂ ਵੱਜਦੇ, ਪੰਥ ਪੁਣਾ ਜਿਹੜਾ ਪਰਿਵਾਰ ਵਾਰ ਕੇ ਹੁੰਦਾ, ਪਰਿਵਾਰ ਪਾਲ ਕੇ ਨਹੀਂ। ਦਸਮ ਪਾਤਸ਼ਾਹ ਨੇ ਆਪਣੇ ਪਰਿਵਾਰ ਵਾਰ ਕੇ ਸਾਨੂੰ ਪੰਥ ਬਣਾਇਆ, ਅੱਜ ਪਰਿਵਾਰ ਪਾਲਣ ਵਾਲੇ ਪੰਥ ਨੂੰ ਖਾਈ ਜਾ ਰਹੇ ਨੇ।